ਤੁਸੀਂ ਸੁਣ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ CNN ਟੋਰਾਂਟੋ। ਮੇਰੇ ਨਾਲ ਸਾਥ ਦੇ ਰਹੇ ਨੇ ਇਸ ਵਕਤ ਮਿੰਟੂ ਗੁਰੂ ਸਰੀਆ ਜੀ, ਉਹਨਾਂ ਦਾ ਸਵਾਗਤ ਕਰਦੇ ਹਾਂ। ਮਿੰਟੂ ਜੀ, ਸਵਾਗਤ ਦੇ ਨਾਲ ਹੀ ਕੀ ਹਾਲ ਚਾਲ, ਠੀਕ ਠਾਕ ਹੋ? ਹਾਂਜੀ ਹਾਂਜੀ, ਸਭ ਖੈਰੀਅਤ ਜੀ, ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ। ਹੋਰ ਸੁਣਾਓ, ਕਿੱਦਾਂ ਨਵੀਂ ਤਾਜ਼ੀ? ਬਸ ਬਸ ਠੀਕ ਠਾਕ ਹੈ ਜੀ, ਚੜ੍ਹਦੀ ਕਲਾ ਜੀ। ਚਲੋ, ਮੌਸਮ ਕਿਹੋ ਜਿਹਾ, ਜਮਾਸੇ ਪੂਰੇ ਲੱਗ ਰਹੇ? ਹਾਂਜੀ ਹਾਂਜੀ ਹਾਂਜੀ, ਮੌਸਮ ਬੜਾ ਗਰਮ ਆ, ਤਕਰੀਬਨ 10-15 ਦਿਨ ਤੇ ਠੀਕ ਰਿਹਾ ਮੌਸਮ। ਹੁਣ ਸਾਡੇ ਬੰਨੀ ਦੇ ਟੈਂਪਰੇਚਰ ਹੈ ਜਿਹੜਾ ਉਹ ਜਾਊਗਾ 47-44, ਕਿਉਂਕਿ ਔੜ ਲੱਗਣੀ ਹੈ, ਕਹਿੰਦੇ ਕਿ 5-10 ਦਿਨ ਦੀ ਹਾਲੇ ਔੜ ਆ, ਉਸ ਤੋਂ ਬਾਅਦ ਮੌਨਸੂਨ ਹੈ ਜਿਹੜਾ ਉਹ ਐਕਟਿਵ ਹੋਏਗਾ, ਉਸ ਤੋਂ ਬਾਅਦ ਫਿਰ ਰਾਹਤ ਮਿਲੇਗੀ। ਰਾਜਨੀਤੀ ਦੇ ਵਿੱਚ ਵੀ ਔੜ ਲੱਗੀ ਆ ਕਿ ਜਾਂ ਰਾਜਨੀਤੀ ਬਸ ਠੀਕ ਠਾਕ ਹੀ ਲਾ ਰਹੇ ਵਾਲੀ? ਨਹੀਂ, ਰਾਜਨੀਤੀ ਦੀ ਔੜ ਤਾਂ ਟੁੱਟ ਚੁੱਕੀ ਹੈ ਨਾ, ਕਿ ਸਾਰੀਆਂ ਹੁਣ ਤਾਂ ਕਹਿ ਲਓ ਕਿ ਜਿਹੜੀਆਂ ਪਾਰਟੀਆਂ ਰੁਕੀਆਂ ਹੋਈਆਂ ਸੀਗੀਆਂ ਸਾਰੀਆਂ ਹੁਣ ਡਈਆਂ। ਤੁਸੀਂ ਕਿਸੇ ਵੀ ਤਨਜ਼ੀਮ ਨੂੰ ਵੇਖ ਲਓ, ਹਰੇਕ ਤਨਜ਼ੀਮ ਜਿਹੜੀ ਆ ਉਹ ਇਸ ਵੇਲੇ ਲਗਾਤਾਰ ਮੈਦਾਨ ਦੇ ਵਿੱਚ ਆ। ਮੈਂ ਸੋਚਦਾ ਪਿਆ ਤਾਂ ਕੱਲ ਦੁਪਹਿਰੇ, ਮੈਂ ਸੋਚਦਾ ਪਿਆ ਤਾਂ ਬੈਠਾ ਕਿ ਯਾਰ ਜੇ ਇਹੀ ਲੋਕ ਉਦੋਂ ਹੀ ਐਕਟਿਵ ਹੋ ਜਾਂਦੇ, ਆਮ ਆਦਮੀ ਪਾਰਟੀ ਗਰਾਊਂਡ ਤੇ ਰਹਿੰਦੀ, ਮੁਲਾਜ਼ਮ ਇੱਕ ਪ੍ਰੈਸ਼ਰ ਗਰੁੱਪ ਬਣ ਕੇ ਇਹਨਾਂ ਤੇ ਲਗਾਤਾਰ ਪ੍ਰੈਸ਼ਰ ਪਾਈ ਰੱਖਦੇ, ਮਤਲਬ ਕਿ ਇਸ ਤਰ੍ਹਾਂ ਸਭ ਕੁਛ ਹੁੰਦਾ ਤੇ ਬਹੁਤ ਕੁਛ ਲੈ ਡਿੱਗਣਾ ਸੀ। ਕਿਉਂਕਿ ਸਾਡੀ ਰਾਜਨੀਤੀ ਦਾ ਚਲੋ ਆਪਣਾ ਦਸਤੂਰ ਆ, ਪਰ ਓਪੋਜੀਸ਼ਨ ਜਾਂ ਸਾਡਾ ਆਪਣਾ ਦਸਤੂਰ ਕੀ ਆ ਕਿ ਅਸੀਂ ਵੀ ਇੱਕ ਮਾਇੰਡ ਸੈਟ ਕੀਤਾ ਹੋਇਆ ਕਿ ਸਾਲ ਜਿਹੜਾ ਅਖੀਰਲਾ ਹੋਊਗਾ ਨਾ, ਉਦੋਂ ਸਰਕਾਰ ਕੁਛ ਦਊਗੀ, ਤੇ 4 ਸਾਲ ਅਸੀਂ ਉਹਨੂੰ ਫ੍ਰੀ ਹੈਂਡ ਕਿਉਂ ਦਿੰਦੇ ਹਾਂ? ਇਹ ਵੀ ਇੱਕ ਬਹੁਤ ਵੱਡਾ ਸਵਾਲ ਹੈ ਜੀ। ਦੋਸਤੋ, ਤੁਸੀਂ ਸੁਣਦੇ ਦੇਖਦੇ ਜਾ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ, ਔਰ ਨਵੇਂ ਸੱਜਣ ਕੁੜਤੇ ਪਜਾਮੇ ਪਾ ਕੇ ਡੀਕਦੇ ਰਹੇ, ਕਹਿੰਦੇ ਕਿ ਨਾਤੀ ਧੋਤੀ ਰਹਿ ਗਈ, ਨੱਕ ਤੇ ਮੱਖੀ ਬਹਿ ਗਈ, ਇੱਧਰ ਬਾਨਿਆਂ ਦੀ ਇੱਕ ਬਾਂਡੀ ਸਾਰੀ ਪੰਡ ਬੰਨ ਕੇ, ਕਹਿੰਦੇ ਕਿ ਸੇਖੜੀ ਸਾਹਿਬ ਪਹੁੰਚ ਗਏ ਹਸਪਤਾਲ, ਉਹ ਡੀਕਦੇ ਰਹੇ ਨਵੇਂ ਸੱਜਣ, ਕਹਿੰਦੇ ਕੁਝ ਫੋਨ ਖੜਕੇ ਪਹਿਲਾਂ ਨਵੇਂ ਸੱਜਣਾਂ ਦੇ ਜਾਣ ਤੋਂ, ਫਿਰ ਅਗਲਿਆਂ ਨੇ ਦੱਸਤਾ ਹੋਣਾ, ਵਿਉਂਤ ਵੀ ਦੱਸਤੀ ਹੋਣੀ ਆ ਵੀ ਕਿਵੇਂ ਤੁਸੀਂ ਯੂ ਟਰਨ ਮਾਰਨਾ, ਕੀ ਕਹਿਣਾ ਚਾਹੋਗੇ? ਹਾਂਜੀ, ਗੱਲ ਇਹ ਆ ਕਿ ਹੁਣ ਦੇਖੋ ਉਹਨਾਂ ਵੈਸੇ ਇਸ ਸਾਰੇ ਘਟਨਾਕ੍ਰਮ ਤੋਂ ਨਾ ਚੇਤਾ ਆ ਜਾਂਦਾ, ਹੁਣ ਤੇ ਚਲੋ ਗਾਣੇ ਹੈਗੇ ਨਾ ਮਾਰਾ ਧਾੜਾ ਵਾਲੇ, ਤੇ ਅੱਗੇ ਇਸ ਤਰ੍ਹਾਂ ਦੇ ਚੁਲਬੁਲੇ ਜੇ ਗਾਣੇ ਹੁੰਦੇ ਸੀ, ਜਿੱਦਾਂ ਉਹ ਕਹਿ ਲਓ ਕਿ ਘੀ ਖੰਬ ਲਾ ਕੇ ਉੱਡ ਗਈ ਮੇਲੇ ਵਿੱਚ ਉੱਥੇ ਆਈ ਨਾ, ਫਿਰ ਮੈਂ ਰਾਹਾਂ ਚ ਉਡੀਕਦਾ ਰਿਹਾ ਤਾਰਾ ਲਾ ਕੇ ਨਾ ਚੱਲਦਾ, ਏਦਾਂ ਮਤਲਬ ਕਿ ਉਹ ਇਸ ਤਰ੍ਹਾਂ ਦੇ ਚੁਲਬੁਲੇ ਜੇ ਗਾਣੇ ਹੁੰਦੇ ਸੀ, ਉਹ ਗਾਣੇ ਹੀ ਏਦਾਂ ਲੱਗਦਾ ਕਿ ਅੱਜ ਦੀ ਰਾਜਨੀਤੀ ਚ ਜਿਵੇਂ ਧੁੱਕਦੇ ਪਏ ਆ, ਜੋ ਰਾਹਾਂ ਚ ਉਡੀਕਦੇ ਰਹੇ, ਜਿਵੇਂ ਤੁਸੀਂ ਕਿਹਾ ਕਿ ਨਵੇਂ ਸੱਜਣ ਜਿਹੜੇ ਸੀਗੇ ਇਹਨਾਂ ਦੇ ਨਾਲ ਨਵੀਂ ਨਵੀਂ ਸਾਂਝ ਝਿਆਲੀ ਪੈਣੀ ਸੀਗੀ, ਉਹ ਉਡੀਕਦੇ ਰਹੇ, ਟੈਂਟ ਲੱਗੇ, ਸ਼ਮਿਆਨੇ ਲੱਗੇ, ਕੁਰਸੀਆਂ ਲੱਗੀਆਂ, ਸਿਰਾਜ ਬਰਾੜ ਦਾ ਗਾਣਾ ਧੁੱਕ ਗਿਆ, ਰੰਗੀਆਂ ਰੰਗਾਈਆਂ ਰਹਿ ਗਈਆਂ ਤੇਰੀ ਪੱਗ, ਰੰਗੀਆਂ ਰੰਗਾਈਆਂ ਰਹਿ ਗਈਆਂ ਤੇਰੇ ਪੱਗ ਨਾਲ, ਸਾਰਾ ਕੁਛ ਰੰਗਿਆ ਰੰਗਾਇਆ ਹੀ ਰਹਿ ਗਿਆ, ਸੇਖੜੀ ਹਸਪਤਾਲ ਚ ਜਾ ਕੇ ਬਹਿ ਗਿਆ। ਹੁਣ ਸੇਖੜੀ ਜਿਹੜਾ ਉਹ ਉੱਥੋਂ ਹਸਪਤਾਲ ਚੋਂ ਐਵੇਂ ਨੀ ਉੱਠਦਾ, ਗੱਲਾਂ ਦੋਨੇ ਨੇ, ਦੋਨੇ ਦੇਖੋ ਉਹ ਬੜਾ ਬੰਦਾ ਸਿਆਣਾ ਆਦਮੀ ਆ, ਹਿੰਦੂ ਪੋਲਿਟਿਕਸ ਜਿਹੜੀ ਪੰਜਾਬ ਦੀ ਉਹਦੇ ਵਿੱਚ ਪੜ੍ਹੇ ਲਿਖੇ ਬੰਦਿਆਂ ਚੋਂ, ਯਾਨੀ ਕਹਿ ਲਓ ਕਿ ਬੜਾ ਸੁਘੜ ਆਦਮੀ ਆ ਉਹ, ਇਹ ਕਹਿਣਾ ਚੋਂ ਸੇਖੜੀ ਕੋਈ ਐਸਾ ਵੈਸਾ ਨਹੀਂ ਹੈ, 465 ਵੋਟਾਂ ਤੇ ਆ ਰਿਹਾ ਸੀ ਐਸਪੀ, ਉਹ ਵੀ ਉਸ ਸਥਿਤੀ ਚ ਜਦੋਂ ਆਪਣਿਆਂ ਨੇ, ਨਿਰਮਲ ਸਿੱਧੂ ਨੇ ਆਖਿਆ ਸੀ ਨਾ ਸਾਨੂੰ ਆਪਣਿਆਂ ਤੋਂ ਖਤਰਾ ਗਿਆ, ਮਾਰਿਆ ਨਹੀਂ ਮਾਰਿਆ, ਓਦਾਂ ਓਦਾਂ ਮਾਰਿਆ ਗਿਆ ਉਹ। ਖੈਰ ਫਿਰ ਉਸ ਤੋਂ ਬਾਅਦ 4 ਸਾਲ ਹਾਸ਼ੀਏ ਚ ਰਿਹਾ, ਹੁਣ ਉਹਨੂੰ ਪਤਾ ਕਿ ਐਸਪੀ ਜਿਹੜੇ ਹੈਗੇ ਉੱਥੇ ਬਾਜਵਾ ਸਾਹਿਬ ਉਹ ਅੱਖ ਰੱਖੀ ਬੈਠੇ ਆ ਬਟਾਲੇ ਤੋਂ, ਉਹਨੂੰ ਪਤਾ ਕਿ ਇੱਥੋਂ ਮੈਨੂੰ ਸ਼ਾਇਦ ਟਿਕਟ ਵੀ ਨਾ ਮਿਲੇ, ਇੰਨਾ ਕੁ ਤਾਂ ਬਈ ਆਪਾਂ ਕਹਿੰਦੇ ਨੀ ਹੁੰਦੇ ਪੰਜਾਬੀ ਚ ਕਹਾਵਤ ਆ ਕਿ ਰੋਏ ਬਿਨਾ ਤਾਂ ਮਾਂ ਵੀ ਤੁੱਕ ਨੀ ਦਿੰਦੀ, ਫਿਰ ਉਹਨੇ ਰੋਣਾ ਹੀ ਸੀਗਾ, ਰੋਇਆ ਨਾਲ ਦੀ ਨਾਲ ਫੋਨ ਫਾਨ ਖੜ ਕੇ ਆ। ਉਸ ਤੋਂ ਬਾਅਦ ਹੁਣ ਗੱਲ ਕੀ ਆ, ਉਹਨੂੰ ਪਤਾ ਕਿ ਕੈਪਟਨ ਅਮਰਿੰਦਰ ਸਿੰਘ ਮੈਨੂੰ ਦੇ ਰਿਹਾ ਭਰੋਸਾ ਕਿ ਤੈਨੂੰ ਆਪਾਂ ਟਿਕਟ ਵੀ ਦੇਵਾਂਗੇ, ਤੈਨੂੰ ਆਪਾਂ ਕੋਈ ਚੇਅਰਮੈਨੀ ਵੀ ਦੇ ਦਿੰਦੇ ਜਦ ਤੱਕ, ਪਰ ਕੈਪਟਨ ਦੀ ਚੇਅਰਮੈਨੀ ਤਾਂ ਖੁਦ ਦੀ ਖਤਰੇ ਚ ਆ, ਉਹ ਟਿਕਟਾਂ ਕਦ ਤੋਂ ਵੰਡਣ ਲੱਗ ਗਿਆ, ਉਹ ਟਿਕਟਾਂ ਕਦ ਤੋਂ ਵੰਡਣ ਲੱਗ ਗਿਆ, ਕਿਉਂਕਿ ਉਹਨੂੰ ਟਿਕਟਾਂ ਵੰਡਣ ਦੀ ਪਾਵਰ ਮਿਲੇਗੀ, ਹਾਲੇ ਤਾਂ ਐਲਾਨ ਹੀ ਨਹੀਂ ਹੋਇਆ। ਇਸ ਕਰਕੇ ਸੇਖੜੀ ਨੇ ਦੂਜਾ ਦਰਵਾਜ਼ਾ ਜਿਹੜਾ ਨਵੇਂ ਸੱਜਣਾ ਵਾਲਾ ਉਹ ਵੀ ਖੁੱਲਾ ਰੱਖਿਆ ਵਾ,
समझते हो ना, हस्पताल च चल गया, बीपी का हो गया भाई, बीपी बद भी सकता है, पर रात 8-9 बजे तक तंगेरका साहब के नाल बहुत लोर पाई सी की, ते ऐ कह लो कि जिहड़ी एक संग मरी मरी फर्श सी ओहदे उत्ते बैठे सीगे सोफे डाह के, दोने बड़ा मुस्करा रहे सीगे, मिना मिना मुस्करा रहे सीगे, गल्लां बातां हो रही सी। वो रात नूं हुण कोई झटका वज्जिया जां कोई फेर फोन आ गया, कितें नवें सज्जनां ने तैनूं फोन कर लिया, तूं साडे नाल चंगी कीती, क्योंकि उत्थे प्रधान साहब भी बैठे सीगे चंडीगढ़ उदण, ते फिर उहनां नूं दिल्ली जाणा पिया अचानक। ये आ कि अश्वनी सेखड़ी ने हाले अपना दूसरा दरवाजा बंद नहीं किया, वो खुले का खुले ही आ, सानू कह सकता कि मैं ते आ जाना ही, सारा कुछ तैयार सीगा, यका जोड़िया ही का रौला या किसे तो साथ नहीं दिता। जी जी बहुत कुछ होंगे ना, तो इस करके दूसरा ऑप्शन भी उन्होंने जरा अपने वास्ते हाले बंद नहीं किया है। जी दोस्तों तुसी सुनदे देखदे जा रहे हो रगला पंजाब चावला न्यूज़ नेटवर्क टोरंटो। स्टूडियो का नंबर है 905-813-1320-905-813-1320। बिटू ने कमिश्न दे कोल दिता अपना माफीनामा, वह भी चर्चा दे विच है, इत्ते गल कर लईए। हाँ जी, माफीनामा इन्हें दिता वा कमिश्न दे पास जाके कि भाई मेरी कोई ऐसी मंशा नहीं सी कि मैं सब कुछ कहा जा, मैं ऐसा कुछ सोचता वा, तो उस तो बाद मतलब कि चलो खबर लगियां इन्होंने जो कमीशन की चेयरपर्सन आ बीबी तेजिंदर कौर, बड़ी चल पुरानी अफसर आ, सब जाणू आ, पंजाब की पॉलिटिक्स भी तो बहुत चंगी तरह जानती है। तो बीबी तेजिंदर कौर इस वेले पंजाब राज अनुसूचित जाति कमीशन के चेयरपर्सन आ, वो माफीनामा तो देता बिटू ने, तुझे कह के उहदा कोई इस तरह का मकसद नहीं सीगा कि वो ऐसी भाईचारे प्रति कोई गलत भावना लै शब्द कहे, वो चलो भुल चुक हो गई है, पर कहिंदे आ कि वेखो मैं पढ़िया तो है नहीं गा क्योंकि वो बाहर डिस्कलोज तो होया नहीं है, पर दसदे आ कि जिस दिन पेश होया सीगा बिट्टू, बिट्टू उदण भी कानून पढ़ाउण लगा है कि तुम मैं सद नहीं सकते, मैं मैंबर पार्लीमेंट आ फलां आ ढमका आ, बीबी ने आख्या फिर मेरी मेरी किताब भी पढ़ ला, मेरे कहदे के मुताबिक मैं सद सकती हाँ, सदे ठंडा हो गया। उधर बहुत आ चढ़ता पिया सीगा कि ये नहीं हो सकता वो नहीं हो सकता, तुम मैं सद्या मेरी बेनती हो गई आ, तो बीबी ने आख्या कहदे के मुताबिक तेन सद सकती हाँ, तो तू आया ही तो आया उदन, चलो फिर बाहर आके मैं कहता हाँ जी हाँ जी मैं अपनी गल कह, पर जिहड़ा माफीनामा दिता हुण उहदे च वी इक झोल जापदी आ, क्योंकि कुछ खबरां लगियां ने उह कहिंदे आ कि माफीनामा जिहड़ा सादे कागज़ ते आ, जबकि मैंबर पार्लीमेंट ने इहनां दा लैटर हैड आ अपना, जदों चिट्ठी लिखदे ने जां कोई भी ऑफिशियली इस तरह की कोई गलबात करदे ने, पत्र विहार करदे आ, खतो कागज करदे आ, तां उह लैटर हैड ते जांदा आ, ते जे तुसीं माफी मंगो चलो उदन अभी उदन ही यह गल करते कि असल इन्हें कहना तो पंथक सीटा भी जिड़िया खास तौर पर जिड़िया रवायती पंथक सीटा इन्हों दे दतिया, तो कह इन्हें दिता पवित्र हूँ, चलो ये तो हूँ कई बार जबान भी गच्चा खा जाती, कई बार बंदे को अकल भी उन्नी होंगी दो चीजा होंगे। सो उस तो बाद इन्हें चलो अपना दिता स्पष्टीकरण, पर दिता उदो जो रौला पै गया, हुण माफीनामा जो तुसीं चलो रिलाइज ही कर लिया, तुहानूं अहसास होया कि यार मैं गलत आ इस मूड से, जां मेरा सियासी नुकसान आ इस बहस मुबहसे नूं जे मैं लंबा खिंचूंगा, तो फिर तुसीं अपना जिहड़ा ऑफिशियली लैटर है गया उहदे ते लिख के चंगी तरह, ऐ नहीं है कि चार लाइनां तो नाले उह नचना ते नाले उह कहिंदे हुंदे नाले घुंड कढ़ना नाले क्लिप विखाउणा, दोहे चीज़ां जिहड़ियां ने उह नहीं हुंदियां। तो इहनां नूं चाहीदा कि वधिया ढंग नाल दिंदे माफीनामा, पर जे उहनां ने कबूल कर लिया फिर साडे ढिड च की पीड़ आ, ठीक ठाक ही आ। सही गल मीरे जी, कल तक एफ आई आर दर्ज की जाती सी, हूँ शिकायत हुई है कुंवर विजय प्रताप के खिलाफ दर्ज की गई शिकायत, यह मामला देखो कुंवर विजय प्रताप जो राजनीति च आए ना, तय सीगा कि उन्होंने बहुत ज्यादा हमले होंगे, बहुत ज्यादा हमले होंगे, सब तो वड्डा हमला है ड्रग मामले का, कुंवर विजय प्रताप सिंह के खिलाफ जिहड़ा अकाली दल ने मोर्चा खोलिया बहुत जबरदस्त है, उहदे च हुण तक इन्हां दा जवाब नहीं आया कोई ऑफिशियली, और जिहड़े उन्हां दे दोष आ कि उह बेसलैस ने जां कह लो कि मन घड़त ने, इन्हां नूं चैलेंज करना चाहीदा, उन्हां ने मजीठिए माफी मंगाई हुई है केजरीवाल तों,
ਤੁਹਾਡੇ ਕੋਲ ਵੀ ਰਾਹ ਜਿਹੜਾ ਖੁੱਲਾ ਹੁਣ ਤੱਕ ਕੁੰਵਰ ਵਿਜੇ ਪ੍ਰਤਾਪ ਸਿੰਘ ਦਾ ਉਧਰ ਨਹੀਂ ਆਇਆ। ਖੈਰ ਇੱਕ ਪੰਗਾ ਹੋਰ ਪੈ ਗਿਆ ਉਸੇ ਦਿਨ ਹੀ ਜਿੱਦਣ ਉਹਨਾਂ ਨੇ ਪਹਿਲਾਂ ਦੋਸ਼ ਲਾਏ ਸੀਗੇ ਅਕਾਲੀਆਂ ਨੇ। ਉਸ ਤੋਂ ਪਹਿਲਾਂ ਹੋਇਆ ਕੀ ਆ ਕਿ ਜਦੋਂ ਕੰਪੇਨ ਹੀ ਇਹਨਾਂ ਨੇ ਆਪਦੀ ਮੈਂ ਤੁਹਾਨੂੰ ਦੱਸਿਆ ਸੀਗਾ ਕਿ ਐਕਟਿਵ ਹੋ ਗਏ ਨੇ, ਉਦਣ ਹੀ ਮੈਂ ਤੁਹਾਨੂੰ ਦੱਸ ਦਿੱਤਾ ਸੀਗਾ ਕਿ ਖਾਸ ਇਲਾਕੇ ਦੇ ਵਿੱਚ ਇਹਨਾਂ ਦੀਆਂ ਸਰਗਰਮੀਆਂ ਵੱਧ ਗਈਆਂ। ਜਿਵੇਂ ਕੰਪੇਨ ਚਲਾ ਰਿਹਾ ਹੁੰਦਾ ਕੋਈ ਬੰਦਾ ਆਪਣੇ ਵਾਸਤੇ ਗਰਾਊਂਡ ਤਿਆਰ ਕਰ ਰਿਹਾ ਹੁੰਦਾ, ਤੇ ਇਸ ਤਰ੍ਹਾਂ ਆਪਣੇ ਖਾਸ ਸੱਜਣ ਲੈ ਕੇ ਬਹੁਤ ਵਾਰ ਲੈ ਕੇ ਜਾਂਦੇ ਨੇ ਇਲਾਕੇ ਦੇ ਵਿੱਚ। ਤਾਂ ਹੋਇਆ ਕੀ ਆ ਕਿ ਕੋਈ ਪੱਤਰਕਾਰ ਸੀ ਉੱਥੇ ਕਿਸੇ ਵੈਬ ਚੈਨਲ ਦਾ, ਉਹਨੇ ਸਵਾਲ ਜਵਾਬ ਕੀਤਾ। ਦੇਖੋ ਸਾਰੀ ਵੀਡੀਓ ਤਾਂ ਸਾਹਮਣੇ ਨਹੀਂ ਆਈ, ਉਹ ਪਰ ਕਲਿੱਪ ਆਈ ਆ, ਉਹਦੇ ਚ ਕੁੰਵਰ ਵਿਜੇ ਪ੍ਰਤਾਪ ਸਿੰਘ ਜਾ ਰਹੇ ਆ, ਪਹਿਲਾਂ ਉਹ ਸਵਾਲਾਂ ਦਾ ਜਵਾਬ ਦਿੰਦੇ ਆ, ਫਿਰ ਉਹ ਜਾ ਰਹੇ ਆ ਤਾਂ ਜਿਹੜਾ ਪੱਤਰਕਾਰ ਆ ਉਹ ਇਹ ਕਹਿੰਦਾ ਕਿ ਸਾਡੇ ਸਵਾਲਾਂ ਤੋਂ ਡਰ ਕੇ ਕੁੰਵਰ ਵਿਜੇ ਪ੍ਰਤਾਪ ਭੱਜ ਰਿਹਾ ਤਾਂ ਉਹ ਵਾਪਸ ਆਉਂਦੇ ਆ, ਮਾਈਕ ਫੜਦੇ ਆ, ਉਹਦੇ ਤੋਂ ਮਾਈਕ ਖੁੰਦੇ ਨੇ, ਤੇ ਉਸ ਤੋਂ ਬਾਅਦ ਫਿਰ ਉਹ ਕਹਿੰਦੇ ਆ ਕਿ ਅਸੀਂ ਸਵਾਲਾਂ ਤੋਂ ਭੱਜ ਨਹੀਂ ਰਹੇ। ਉਸ ਤੋਂ ਬਾਅਦ ਫਿਰ ਇੱਕ ਵਾਰੀ ਆਉਂਦੇ ਨੇ, ਮਤਲਬ ਕਿ ਫਿਰ ਪੱਤਰਕਾਰ ਕਹਿੰਦਾ ਉਹ ਫਿਰ ਆਉਂਦੇ ਨੇ, ਪੱਤਰਕਾਰ ਵੀ ਪੂਰਾ ਘੁਆੜਿਆ, ਪੱਤਰਕਾਰ ਵੀ ਮੇਰੇ ਖਿਆਲ ਦੇ ਨਾਲ ਨਾ ਥੋੜਾ ਜਿਹਾ ਜ਼ਿਆਦਾ ਹੀ ਸੀਗਾ ਵੀ ਬਹੁਤ ਜ਼ਿਆਦਾ। ਪਰ ਹਾਲਾਂਕਿ ਜਿਹੜੇ ਸਮਰਥਕ ਸੀ ਉਹਨਾਂ ਨੇ ਮਾਣ ਨਾਲ ਕੋਈ ਧੱਕਾ ਮੁੱਕੀ ਵੀ ਕੀਤੀ ਹੋਊਗੀ, ਕਿਉਂਕਿ ਇੱਕ ਵੀਡੀਓ ਦੇ ਵਿੱਚ ਵਿਜ਼ੂਅਲ ਹੈ ਜਿਹਦੇ ਚ ਕੈਮਰਾ ਜਿਹੜਾ ਹਿੱਲ ਜਾਂਦਾ, ਮਤਲਬ ਕਿ ਕੈਮਰਾ ਖੋਣ ਦਾ ਯਤਨ ਕੀਤਾ ਗਿਆ। ਇਹ ਗਲਤ ਨਹੀਂ, ਚਲੋ ਠੀਕ ਹੈ, ਕੁੰਵਰ ਵਿਜੇ ਪ੍ਰਤਾਪ ਨੇ ਜੇ ਗੱਲ ਕਹਿਣੀ ਵੀ ਸੀਗੀ ਤਾਂ ਉਹ ਕਹਿੰਦਾ ਕਿ ਲਿਆ ਮਾਈਕ ਲਿਆ ਅੱਗੇ, ਕਰ ਤੂੰ ਮਾਈਕ ਆਪਣਾ ਅੱਗੇ, ਮੈਂ ਦਿੰਦਾ ਜਵਾਬ ਜਾਂ ਮੈਂ ਤੇਰੀ ਗੱਲ ਦਾ ਜਵਾਬ ਨਹੀਂ ਦੇਣਾ, ਕਿਉਂਕਿ ਕੈਮਰਾ ਚੱਲ ਰਿਹਾ ਸੀ, ਤੁਸੀਂ ਜੋ ਵੀ ਕਹਿੰਦੇ ਰਿਕਾਰਡ ਹੋ ਜਾਣਾ ਸੀਗਾ। ਚਲੋ ਇਹਨੇ ਪਰ ਪੱਤਰਕਾਰ ਦਾ ਜਿਹੜਾ ਅੰਦਾਜ਼ ਹੈ, ਪੱਤਰਕਾਰ ਜਾਂ ਮਾਫ਼ ਕਰਨਾ ਮੈਨੂੰ ਉਹ ਵੀ ਠੀਕ ਨਹੀਂ ਲੱਗਿਆ, ਠੀਕ ਨਹੀਂ। ਜਦੋਂ ਕੋਈ ਤੁਸੀਂ ਜਾ ਰਹੇ ਹੋ, ਠੀਕ ਹੈ ਕਹਿ ਰਹੇ ਹੋ, ਕੋਈ ਸਵਾਲ ਜਵਾਬ ਤੁਹਾਡਾ ਚੱਲ ਰਿਹਾ, ਕੋਈ ਸਿਲਸਿਲਾ, ਕੋਈ ਬੰਦਾ ਉੱਠ ਹੀ ਗਿਆ, ਸਾਡਾ ਚਲੋ ਠੀਕ ਹੈ, ਅਸੀਂ ਉਹਨੂੰ ਇੱਥੇ ਜਾ ਕੇ ਇਸ ਪੁਆਇੰਟ ਤੇ ਬੰਦ ਕਰ ਸਕਦੇ ਹਾਂ ਕਿ ਉਹਨਾਂ ਨੇ ਸਵਾਲਾਂ ਦੇ ਜਵਾਬ ਦੇਣ ਤੋਂ ਇਨਕਾਰ ਕਰ ਦਿੱਤਾ। ਬਿਲਕੁਲ ਬਿਲਕੁਲ, ਕਹਿ ਮੈਂ ਉਹੀ ਰਿਹਾ, ਕਹਿ ਮੈਂ ਉਹੀ ਕਰ ਰਿਹਾ ਕਿ ਮੇਰੇ ਸਵਾਲਾਂ ਤੋਂ ਉਹ ਜਾ ਰਹੇ ਨੇ, ਭੱਜ ਰਹੇ ਨੇ, ਪਰ ਮੇਰੇ ਕਹਿਣ ਦੇ ਵਿੱਚ ਇਹ ਐਗਰੈਸ਼ਨ ਨਹੀਂ ਹੈਗੀ ਕਿ ਮੈਂ ਬੇਇੱਜ਼ਤੀ ਕਰਾਂ ਕਿਸੇ ਦੀ। ਹੋ ਸਕਦਾ ਉਹਦੇ ਕੋਲ ਮੇਰੀ ਅਕਲ ਦੇ ਮੁਤਾਬਕ ਜਵਾਬ ਨਾ ਹੋਣ, ਬੰਦਾ ਕਵੇ ਕਿ ਨਹੀਂ ਯਾਰ ਮੈਂ ਦੇ ਸਕਦਾ ਜਵਾਬ, ਬਿਲਕੁਲ, ਤੇ ਮੈਂ ਕੀ ਕਹਾਂ ਕਿ ਯਾਰ ਮੈਂ ਬਹੁਤ ਜ਼ਬਰਦਸਤ ਬੰਦਾ, ਵੇਖ ਮੇਰੇ ਤੋਂ ਡਰ ਕੇ ਭੱਜ ਗਿਆ। ਇਹ ਦੋ ਚੀਜ਼ਾਂ 'ਚ ਫਰਕ ਆ, ਕਿਉਂਕਿ ਚੀਜ਼ਾਂ ਇੱਕੋ ਨੇ, ਭਾਵ ਇੱਕੋ ਆ ਕਿ ਉਹ ਮੇਰੇ ਸਵਾਲਾਂ ਦੇ ਜਵਾਬ ਨਹੀਂ ਦੇ ਸਕਿਆ, ਪਰ ਇੱਕ ਕਹਿਣਾ ਤੂੰ ਮੇਰੇ ਤੋਂ ਡਰ ਕੇ ਹੀ ਭੱਜ ਗਿਆ ਯਾਰ, ਇਹ ਗੱਲਾਂ 'ਚ ਹੈ। ਸੋ ਪੱਤਰਕਾਰ ਵੀ ਜਿਹੜੇ ਆ ਨਾ, ਦੇਖੋ ਅੱਜ ਕੱਲ੍ਹ ਆਪਾਂ, ਚਲੋ ਮੈਂ ਤੇ ਖੁਦ ਹੈਨੀ ਦਾ ਪੱਤਰਕਾਰ ਹੇਠਲੇ ਦਰਜੇ ਦੇ ਬੰਦੇ ਆ, ਪਰ ਸਮਝਣਾ ਚਾਹੀਦਾ ਕਿ ਜਦੋਂ ਤੁਸੀਂ ਇਸ ਤਰ੍ਹਾਂ ਦੀ ਗਰਾਊਂਡ ਰਿਪੋਰਟਿੰਗ ਕਰਨੀ, ਅਸੀਂ ਤਾਂ ਕਹਿ ਲਓ ਕਿ ਕਾਫੀ ਕੁਛ ਸਿੱਖਿਆ ਵੱਡੇ ਬੰਦਿਆਂ ਦੇ ਨਾਲ ਰਹਿ ਕੇ, ਵੱਡੇ ਪੱਤਰਕਾਰਾਂ ਦੇ ਨਾਲ ਰਹਿ ਕੇ, ਕਿ ਜੇ ਤੁਹਾਨੂੰ ਕੋਈ ਬੰਦਾ ਅੱਗੋਂ ਗਲਤ ਜਵਾਬ ਦਿੰਦਾ, ਨੇੜੇ ਜਵਾਬ ਦਿੰਦਾ, ਜਾਂ ਤੁਹਾਨੂੰ ਕੋਈ ਜਵਾਬ ਨਹੀਂ ਦਿੰਦਾ, ਉਹਦਾ ਅਧਿਕਾਰ ਆ, ਤੁਹਾਨੂੰ ਕਹਿ ਸਕਦਾ ਮੈਂ ਨਹੀਂ ਜਵਾਬ ਦਿੰਦਾ, ਉਹਦਾ ਅਧਿਕਾਰ ਆ, ਤੁਸੀਂ ਸਵਾਲ ਪੁੱਛੋ, ਠੀਕ ਆ, ਜੇ ਤੁਹਾਨੂੰ ਕੋਈ ਅੱਗੋਂ ਕੋਈ ਤੱਤਾ ਕਾਲਾ ਵੀ ਬੋਲਦਾ, ਪਰ ਤੁਸੀਂ ਆਪਣਾ ਕਰਮਾ ਜਿਹੜਾ ਉਹ ਨਹੀਂ ਗਵਾਉਣਾ। ਪੱਤਰਕਾਰ ਜਿਹੜੇ ਆ, ਮੈਂ ਨੀ ਕਹਿੰਦਾ ਕਿ ਵੈਬ ਚੈਨਲ ਸਾਰਿਆਂ ਨੇ ਰੋਜੀ ਰੋਟੀ ਖਾਣੀ ਆ, ਸਾਰੇ ਖਾਣ, ਜੰਮ ਜੰਮ ਕੇ ਕੰਮ ਕਰਨ, ਪਰੰਤੂ ਥੋੜਾ ਜਿਹਾ ਧਿਆਨ ਰੱਖਣ ਕਿ ਪੱਤਰਕਾਰਤਾ ਦੀ ਵੀ ਇੱਕ ਹੱਦ ਆ, ਪੱਤਰਕਾਰਤਾ ਲਾਇਸੈਂਸ ਨਹੀਂ ਹੈਗੀ ਕਿ ਤੁਸੀਂ ਜੋ ਮਰਜ਼ੀ ਬੋਲੀ ਜਾਓ ਕਿਸੇ ਨੂੰ। ਬਿਲਕੁਲ ਬਿਲਕੁਲ, ਸਾਡੇ ਇੱਥੇ ਇੱਕ ਵੀ ਬਿਆਨ ਛਪਿਆ ਸਿੱਧੂ ਹੋਣਾ ਦਾ, ਤੇ ਮੈਂ ਉਹਨਾਂ ਨੂੰ ਆਫ ਦੀ ਏਅਰ ਕਾਲ ਕੀਤੀ ਕਿ ਬਾਬਾ ਜੀ ਤੁਹਾਡੇ ਨਾਲ ਇੰਟਰਵਿਊ ਕਰਨੀ ਹੋ, ਕਹਿੰਦੇ ਜੀ ਨਹੀਂ ਮੈਂ ਰੇਡੀਓ 'ਤੇ ਨਹੀਂ ਆਉਣਾ ਜੀ, ਮੈਂ ਰੇਡੀਓ ਕਿਸੇ 'ਤੇ ਨਹੀਂ ਜਾਣਾ ਜੀ, ਹੈ ਨਾ। ਚਲੋ ਜਦੋਂ ਕਿਤੇ ਸਾਨੂੰ ਸੁਣ ਪਏ ਅਸੀਂ ਉੱਥੇ ਰੇਡੀਓ 'ਤੇ ਕਾਲ ਕਰ ਲਾਂਗੇ, ਭਾਈ ਸਾਡੇ 'ਤੇ ਤੁਸੀਂ ਆਏ ਨਹੀਂ, ਇੱਥੇ ਜਵਾਬ ਦੇ ਹੁੰਦੇ ਸਾਡੇ ਕੋਲ, ਇਹਦਾ ਮਤਲਬ ਸਾਡੇ ਸਵਾਲਾਂ ਦੇ ਜਵਾਬ ਤੁਹਾਡੇ ਕੋਲ ਨਹੀਂ ਹਨ। ਸੋ ਗੱਲ ਮੁੱਕ ਗਈ, ਹੈ ਨਾ, ਆਨਲਾਈਨ ਮੀਡੀਆ ਦੇ ਨਵੇਂ ਨਿਯਮਾਂ ਤੇ ਗੱਲ ਖਤਮ। ਕਿਸੇ ਨੂੰ ਜ਼ਲੀਲ ਨਾ ਕਰੋ, ਕਿਸੇ ਨੂੰ ਨੀਵਾਂ ਨਾ ਦਿਖਾਓ, ਜੇ ਕੋਈ ਨਹੀਂ ਆਉਣਾ ਚਾਹੁੰਦਾ ਉਹਦਾ ਰਾਈਟ ਹੈ, ਉਹ ਤੁਹਾਨੂੰ ਡਿਨਾਈ ਕਰ ਸਕਦਾ, ਤੁਹਾਨੂੰ ਨਾ ਕਰ ਸਕਦਾ ਕਿ ਹਾਂ ਭਾਈ ਮੈਂ ਨਹੀਂ ਆਉਣਾ, ਜਾਂ ਤੁਹਾਨੂੰ ਨਹੀਂ ਜਵਾਬ ਦੇਣੇ। ਪਰ ਜੇ ਆਪਾਂ ਉਸ ਚੀਜ਼ ਨੂੰ ਲੈ ਲਈਏ ਕਿ ਜਿੱਤ ਮੰਨ ਕੇ ਚੱਲੀਏ ਤੇ ਉਸ ਬੰਦੇ ਨੂੰ ਆਪਾਂ ਬਹੁਤ ਜ਼ਿਆਦਾ ਨੀਵਾਂ ਦਿਖਾਈਏ, ਉਹ ਚੀਜ਼ ਠੀਕ ਨਹੀਂ ਹੁੰਦੀ। ਬਿਲਕੁਲ, ਆਨਲਾਈਨ ਮੀਡੀਆ ਦੇ ਨਵੇਂ ਨਿਯਮਾਂ ਤੇ ਅਦਾਲਤੀ ਰੋਕ ਨਹੀਂ ਹੈ, ਇਹ ਬਿਆਨ ਆਇਆ, ਕੀ ਕਹਿਣਾ ਚਾਹੋਗੇ? ਹਾਂਜੀ, ਦੇਖੋ ਅਦਾਲਤੀ ਰੋਕ ਨਹੀਂ ਲੱਗੇਗੀ, ਕਿਉਂਕਿ ਹਾਈਕੋਰਟ ਨੇ ਕਿਹਾ ਵਾ ਕਿ ਗਏ ਸੀਗੇ ਕੁਛ ਕਾਫੀ ਵੱਡੇ ਮੀਡੀਆ ਅਦਾਰੇ ਆ ਜਿਹੜੇ ਆਨਲਾਈਨ ਕੰਮ ਕਰਦੇ ਆ, ਜਿਹਦੇ ਵਿੱਚ ਤੁਸੀਂ ਦੇਖੋਗੇ ਤਾਂ ਕੁਇੰਟਮ ਵੀ ਆ ਮੇਰੇ ਖਿਆਲ ਦੇ ਨਾਲ, ਜਾਂ ਹੋਰ ਵੀ ਆ, ਵਾਇਰ ਵਰਗੇ ਆ, ਇਹ ਸਾਰੇ ਆਨਲਾਈਨ ਚ ਆ ਗਏ ਨਾ, ਜਿਹੜੇ ਤੁਸੀਂ ਦੇਖਦੇ ਹੋਗੇ ਸਮਾਂ ਦਾ ਸਮਾਂ, ਕਿਉਂਕਿ ਇਹਦੇ ਵਿੱਚ ਕੀ ਆ ਕਿ ਆਨਲਾਈਨ ਮੀਡੀਆ 'ਚ ਥੋੜੀ ਆਜ਼ਾਦੀ ਮਿਲ ਜਾਂਦੀ ਹੈ, ਥੋੜੀ ਖੁੱਲ ਮਿਲ ਜਾਂਦੀ ਹੈ ਗੱਲ ਕਹਿਣ ਦੀ,
ਵੈਸੇ ਤੇ ਆਪਾਂ ਵੀ ਹੁਣ ਇੱਕ ਤਰ੍ਹਾਂ ਨਾਲ ਆਨਲਾਈਨ ਹੀ ਆ, ਜੇ ਆਪਾਂ ਇੰਡੀਆ ਦੇ ਲਿਹਾਜ਼ ਨਾਲ ਦੇਖੀਏ, ਮੈਂ ਕੋਈ ਦੇਖ ਨਹੀਂ ਰਿਹਾ, ਮੈਂ ਕਿਸੇ ਚੈਨਲ ਤੇ ਨਹੀਂ ਆ ਰਿਹਾ, ਇਹ ਵੀ ਇੱਕ ਤਰ੍ਹਾਂ ਨਾਲ ਆਨਲਾਈਨ ਮੀਡੀਆ ਹੀ ਅੱਜ ਕੱਲ੍ਹ। ਹੁਣ ਵੇਖੋ ਗੱਲ ਇਹ ਆ, ਪਰ ਮੈਨੂੰ ਜੀ ਸੌਰੀ ਸੌਰੀ ਟੂ ਇੰਟਰਪਟ ਯੂ, ਪਰ ਤੁਹਾਡੇ ਕੈਨੇਡਾ ਦੇ ਮੁਤਾਬਕ ਤੁਸੀਂ ਰੂਲ ਹੈ, ਸਾਡੇ ਤੇ ਰੂਲ ਅੰਡਰ ਸੀ ਆਨਲਾਈਨ ਚ, ਹਾਂਜੀ ਤੁਸੀਂ ਆਨਲਾਈਨ ਹੋ, ਪਰ ਆਨਲਾਈਨ ਚ ਤੁਹਾਨੂੰ ਉੱਥੇ ਬੈਠਿਆਂ ਨੂੰ ਜੈਸੀ ਕੋਈ ਇਹੋ ਜੀ ਪੱਤਰਕਾਰੀ ਕਰਦੇ ਆ, ਮਤਲਬ ਕੀੜੇ ਪਾ ਰਹੇ ਆ ਜਾਂ ਗਲਤ ਗੱਲ ਖਬਰ ਦੇ ਰਹੇ ਆ ਨਾ, ਸਾਨੂੰ ਵਾਇਆ ਇਸ ਮਾਧਿਅਮ ਦੇ ਰਾਹੀਂ ਚੈਲੇਂਜ ਕੀਤਾ ਜਾ ਸਕਦਾ, ਜਿਹੜਾ ਅਸੀਂ ਬਿਲਕੁਲ ਫੋਲੋ ਕਰਕੇ ਚੱਲਦੇ ਹਾਂ ਕਿ ਜਿਹੜੀ ਖਬਰ ਹੈ ਉਹੀ ਜੋ ਹੋ ਚੁੱਕਾ ਉਹੀ ਜਿਹਦੇ ਸਬੂਤ ਨੇ। ਮੈਂ ਤੁਹਾਡੀ ਨਹੀਂ ਗੱਲ ਕਰ ਰਿਹਾ, ਮੈਂ ਕਿਉਂਕਿ ਇੰਡੀਆ ਦੀ ਗੱਲ ਕਰ ਰਿਹਾ, ਮੈਂ ਇੰਡੀਆ ਦੇ ਲਿਹਾਜ਼ ਨਾਲ, ਹਾਂ ਬਿਲਕੁਲ ਬਿਲਕੁਲ, ਇੰਡੀਆ ਦੇ ਮੁਤਾਬਕ ਮੈਂ ਆਨਲਾਈਨ ਹੀ ਹਾਂ, ਆਨਲਾਈਨ ਤੁਸੀਂ ਆਨਲਾਈਨ ਹੋ, ਕਿਉਂਕਿ ਮੈਂ ਪ੍ਰਿੰਟ ਚ ਨਹੀਂ ਹਾਂ, ਕਿਉਂਕਿ ਮੈਂ ਇਲੈਕਟ੍ਰੋਨਿਕ ਚ ਨਹੀਂ, ਜਿੰਨਾ ਚ ਰੈਗੂਲੇਸ਼ਨ ਕੰਮ ਕਰਦਾ, ਹਾਂ ਬਿਲਕੁਲ, ਜਿਹੜਾ ਰੈਗੂਲੇਟ ਹੁੰਦਾ, ਮੈਂ ਰੈਗੂਲੇਟ ਨਹੀਂ ਹਾਂ, ਫ੍ਰੀਲਾਂਸ ਕਹਿ ਸਕਦੇ ਹਾਂ ਤੁਸੀਂ, ਆਨਲਾਈਨ ਫ੍ਰੀਲਾਂਸ, ਜੀ ਜੀ, ਉਹ ਇੱਕ ਤਰ੍ਹਾਂ ਨਾਲ ਸਟੇਟਸ ਹੈ ਸਾਨੂੰ। ਅੱਛਾ ਅਸੀਂ ਉਹਦੇ ਚ ਗੱਲ ਕਹਿ ਸਕਦੇ ਹਾਂ ਆਪਣੀ, ਕਿਉਂਕਿ ਜਦੋਂ ਤੁਸੀਂ ਪ੍ਰਿੰਟ ਚ ਜਾਓਗੇ, ਅਖਬਾਰ ਜਿਹੜੇ ਆ ਉਹ ਨਿਯਮਾਂ ਤਹਿਤ ਰੈਗੂਲੇਟ ਹੁੰਦੇ, ਇੱਕ ਹੱਦ ਆ ਉੱਥੇ, ਠੀਕ ਹੈ ਨਾ, ਇੱਕ ਚੈਨਲ ਹੈ, ਚੈਨਲ ਵਾਸਤੇ ਤੁਸੀਂ ਕੰਮ ਕਰਦੇ ਹੋ ਜਿਹੜਾ ਕਿ ਉਸ ਰੈਗੂਲੇਸ਼ਨ ਦੇ ਤਹਿਤ ਹੈ, ਉਹਦੀ ਇੱਕ ਹੱਦ ਆ। ਕੁਛ ਗੱਲਾਂ ਤੁਸੀਂ ਜੇ ਕਹੋਗੇ ਤਾਂ ਸਰਕਾਰ ਬਹੁਤ ਕੁਛ ਕਰ ਸਕਦੀ ਆ, ਤੁਹਾਨੂੰ ਪਤਾ, ਤਾਂ ਇਹ ਫਰਕ ਹੁੰਦਾ ਬੇਸਿਕ। ਮੈਂ ਤੁਹਾਨੂੰ ਸਮਝਾਉਣ ਦਾ ਯਤਨ ਕਰ ਰਿਹਾ ਕਿ ਆਨਲਾਈਨ ਕੀ ਹੋਇਆ, ਆਨਲਾਈਨ ਤਾਂ ਵੈਸੇ ਹੁਣ ਅੱਜ ਤੱਕ ਦਾ ਵੀ, ਅੱਜ ਤੱਕ ਇੱਕ ਚੈਨਲ ਹੈ ਇੰਡੀਆ ਟੂਡੇ ਦਾ, ਉਹ ਟੈਲੀਵਿਜ਼ਨ ਚੈਨਲ ਵੀ ਹੈ, ਪਰ ਪੇਜ ਵੀ ਉਹਨਾਂ ਦਾ, ਫੇਸਬੁੱਕ ਪੇਜ ਵੀ ਹੈਗਾ ਹੈਗਾ, ਹਾਂਜੀ ਸਮਝਦੇ ਹੋ ਨਾ, ਇਹ ਆਨਲਾਈਨ ਪਲੇਟਫਾਰਮ ਆ ਗਿਆ, ਚੈਨਲ ਅਲੱਗ ਰਹਿ ਗਿਆ। ਹੁਣ ਜਿਹੜਾ ਫੇਸਬੁੱਕ ਪੇਜ ਹੈ ਉਹਨਾਂ ਦਾ, ਉਹਦੇ ਚ ਲਲਨ ਟੌਪ ਵੀ ਆਉਂਦਾ ਹੈ, ਉਹ ਵੀ ਉਹਨਾਂ ਦਾ, ਬਹੁਤ ਘੱਟ ਬੰਦਿਆਂ ਨੂੰ ਸ਼ਾਇਦ ਪਤਾ ਹੋਏਗਾ ਲਲਨ ਟੌਪ ਵੀ, ਤੇ ਲਲਨ ਟੌਪ ਬਹੁਤ ਜ਼ਿਆਦਾ ਆਲੋਚਨਾ ਕਰਦਾ ਸਰਕਾਰ ਦੀ। ਇੱਕ ਬੇਸਿਕ ਫਰਕ ਸਮਝਾ ਰਿਹਾ ਕਿ ਅੱਜ ਤੱਕ ਚੈਨਲ ਆ ਜਿਹੜਾ, ਉਹਦੇ ਬਾਰੇ ਕੀ ਕਹਿਣੀ, ਚਲੋ ਆਪਾਂ ਕਿਸੇ ਅਦਾਰੇ ਦੀ ਗੱਲ ਨਹੀਂ ਕਰਦੇ, ਪਰ ਜਿਹੜਾ ਉਹਨਾਂ ਦਾ ਲਲਨ ਟੌਪ ਆ, ਉਸੇ ਗਰੁੱਪ ਦਾ ਪੇਜ ਆ, ਤਾਂ ਉਹ ਬਹੁਤ ਜ਼ਬਰਦਸਤ ਕੰਮ ਕਰਦਾ। ਕਿਉਂ? ਕਿਉਂਕਿ ਉੱਥੇ ਉਹਨਾਂ ਦੇ ਕੋਲ ਇੱਕ ਵੱਖਰੀ ਤਰ੍ਹਾਂ ਦੀ ਫਰੀਡਮ ਆ ਗਈ। ਮੈਂ ਇਹ ਤੁਹਾਨੂੰ ਥੋੜਾ ਸਾਫ਼ ਕਰ ਦਿੰਦਾ, ਤਾਂ ਹੁਣ ਉਹ ਜਿਹੜਾ ਪੇਜ ਹੈ ਉਹ ਵੀ ਰੂਲ ਐਂਡ ਰੈਗੂਲੇਸ਼ਨ ਚ ਆ ਜਾਏਗਾ, ਫਰਕ ਹੀ ਪੈ ਜਾਏਗਾ ਨਵੇਂ ਨਿਯਮਾਂ ਦੇ ਮੁਤਾਬਕ। ਮਤਲਬ ਕਿ ਠੀਕ ਉਸੇ ਤਰ੍ਹਾਂ ਦੇ ਜਿਸ ਤਰ੍ਹਾਂ ਦਾ ਇੱਕ ਮੇਨ ਸਟ੍ਰੀਮ ਦੇ ਚੈਨਲ ਤੇ ਹੁੰਦਾ। ਹੁਣ ਉਹ ਨਿਯਮ ਕੀ ਸੀ ਜੀ, ਮੈਂ ਪਿਛਲੇ ਜਨਵਰੀ ਫਰਵਰੀ ਚ ਜਦੋਂ ਆਏ ਨੇ ਉਦੋਂ ਪੜ੍ਹ ਰਿਹਾ ਸੀਗਾ, ਕਿਉਂਕਿ ਤਿੰਨਾਂ ਤੇ ਇਹ ਮਾਮਲਾ ਜਿਹੜਾ ਲਾਗੂ ਹੋਣਾ ਹੈ, OTT ਤੇ ਵੀ ਲਾਗੂ ਹੋ ਜਾਣਾ ਜਿਹੜੇ ਆ ਨੈਟਫਲਿਕਸ ਵਗੈਰਾ ਨੇ, ਫਿਰ ਆ ਪਿੱਛੇ ਜੇ ਤੁਸੀਂ ਦੇਖਿਆ ਹੀ ਆ ਰੌਲਾ ਪਿਆ ਹੀ ਆ, ਹੋਰ ਕਈ ਚੀਜ਼ਾਂ ਕੀਤੀਆਂ ਗਈਆਂ ਪਾਬੰਦੀਆਂ ਤੇ, ਇੱਥੇ ਕੱਲ ਬਾਰ ਕੌਂਸਲ ਆਫ ਇੰਡੀਆ ਨੇ ਕਹਿ ਦਿੱਤਾ ਕਿ ਵਕੀਲ ਨਹੀਂ ਲਿਖ ਸਕਦੇ, ਕੋਈ ਅਦਾਲਤੀ ਕਾਰਵਾਈ ਆ, ਕੋਈ ਉਹਦੇ ਤੇ ਉਹ ਮਤਲਬ ਕਿ ਸੋਸ਼ਲ ਮੀਡੀਆ ਤੇ ਨਹੀਂ ਲਿਖ ਸਕਦੇ, ਫਿਰ ਹੁਣ ਆ ਗਿਆ। ਅੱਛਾ ਇਹਦੇ ਵਿੱਚ ਕੀ ਪੰਗਾ ਪਊਗਾ, ਜਿਵੇਂ ਇਹਨਾਂ ਨੇ ਹੁਣ ਨਿਯਮ ਬਣਾਏ ਨੇ ਕਿ ਇੱਕ ਤੇ ਆ ਕਿ ਤੁਸੀਂ ਆਪਣਾ ਸ਼ਿਕਾਇਤ ਵਾਲਾ ਸਿਸਟਮ ਹੈ ਜਿਹੜਾ ਬਣਾਓ, ਜਿਵੇਂ ਅੱਗੇ ਇਹਨਾਂ ਨੇ ਸੋਸ਼ਲ ਮੀਡੀਆ ਵਾਲਾ ਜਿਹੜਾ ਰੌਲਾ ਪਿਆ, ਫੇਸਬੁੱਕ ਜਾਂ ਟਵਿੱਟਰ ਨੂੰ ਕਿਹਾ, ਫਿਰ ਤੁਹਾਡਾ 3-level ਸ਼ਿਕਾਇਤ ਵਾਲਾ ਸਿਸਟਮ ਹੋਣਾ ਚਾਹੀਦਾ, ਤੇ 15 ਦਿਨਾਂ ਚ ਤੁਹਾਨੂੰ ਕਾਰਵਾਈ ਕਰਨੀ ਪਊਗੀ, ਸੈਲਫ ਰੈਗੂਲੇਸ਼ਨ ਬਾਡੀ ਬਣਾਉਣੀ ਹੋਏਗੀ, ਤੇ ਜਿਹੜੀ ਇੱਕ ਐਸੀ ਬਾਡੀ ਹੋਏਗੀ ਜੋ ਰਿਟਾਇਰਡ ਸੁਪਰੀਮ ਕੋਰਟ ਜਾਂ ਹਾਈ ਕੋਰਟ ਦਾ ਜਿਹੜਾ ਕੋਈ ਜੱਜ ਹੈ ਜਾਂ ਕੋਈ ਬੇਹੱਦ ਪ੍ਰਸਿੱਧ ਇਨਸਾਨ ਹੈ ਉਹ ਉਹਦਾ ਅਗਵਾਈ ਕਰੂਗਾ, ਲੀਡਰ ਹੋਏਗਾ। ਪਰ ਗੱਲ ਇਹ ਆ ਕਿ ਇੱਕ ਇਹਨਾਂ ਦੇ ਨਾਲ ਹੋਰ ਕਿਹਾ ਕਿ ਉਸ ਟਾਈਮ ਮੈਂ ਪੜ੍ਹਿਆ, ਹਾਲਾਂਕਿ ਮੈਨੂੰ ਭੁੱਲ ਨਾ ਜਾਵੇ, ਮੈਂ ਥੋੜੀਆਂ ਗੱਲਾਂ ਜ਼ਿਆਦਾ ਨਹੀਂ ਕਰ ਸਕਦਾ, ਕਿ ਓਵਰਸਾਈਟ ਮੈਕੇਨਿਜ਼ਮ ਕਿਹਾ ਸੀਗਾ ਇਹਨਾਂ ਨੇ, ਕਿ ਓਵਰਸਾਈਟ ਮੈਕੇਨਿਜ਼ਮ ਕੀ ਹੈ ਕਿ ਸਰਕਾਰ ਕੋਈ ਇੱਕ ਵੱਖਰਾ ਓਵਰਸਾਈਟ ਮੈਕੇਨਿਜ਼ਮ ਬਣਾਏਗੀ ਜੋ ਕਿ ਨਿਗਰਾਨੀ ਕਰੇਗਾ। ਇੱਥੇ ਦੇਸ਼ ਫਸ ਜਾਂਦਾ ਕਿ ਜਦੋਂ ਤੁਸੀਂ ਇੱਕ ਬਾਡੀ ਉੱਥੇ ਬਣਾ ਰਹੇ ਹੋ ਜਿਹਦੇ 'ਚ ਹਾਈ ਕੋਰਟ ਦਾ ਜਾਂ ਸੁਪਰੀਮ ਕੋਰਟ ਦਾ ਜੱਜ ਹੋਏਗਾ, ਫਿਰ ਤੁਸੀਂ ਓਵਰਸਾਈਟ ਮੈਕੇਨਿਜ਼ਮ ਬਣਾ ਕੇ ਕੀ ਕਰਨਾ? ਇਹਦਾ ਮਤਲਬ ਹੈ ਕਿ ਸਰਕਾਰ ਨਿਗਰਾਨੀ ਕਰੇਗੀ। ਔਰ ਇਹਦੀ ਇੱਕ ਮਿਸਾਲ ਦੇ ਕੇ ਮੈਂ ਗੱਲ ਖਤਮ ਕਰ ਦਿੰਦਾ ਕਿ ਜਦੋਂ ਸਰਕਾਰ ਨਿਗਰਾਨੀ ਕਰਦੀ ਹੈ ਉਦੋਂ ਬਹੁਤ ਕੁਛ ਹੋ ਜਾਂਦਾ, ਕਿਉਂਕਿ ਪਾਬੰਦੀਆਂ ਤੇ ਤੁਹਾਡੇ, ਜਿਵੇਂ ਤੁਸੀਂ ਹੁਣੇ ਇੱਕ ਸ਼ਬਦ ਇਸਤੇਮਾਲ ਕੀਤਾ ਕਿ ਅਸੀਂ ਜਵਾਬਦੇਹ ਆ, ਯਾਨੀ ਪਾਬੰਦੀਆਂ ਤੁਹਾਡੇ ਤੇ ਵੀ ਆ, ਪਰ ਇੱਥੇ ਹੁੰਦਾ ਕੀ ਹੈ ਕਿ ਰੌਲਾ ਪੈਂਦਾ ਜਦੋਂ ਸਿਲੈਕਟਿਵ ਅਪਰੋਚ ਹੁੰਦੀ ਹੈ। ਮਤਲਬ ਕਿ ਕੁੰਭ ਦੇ ਮੇਲੇ ਨੂੰ ਲੈ ਕੇ ਕ੍ਰਿਟਿਸਿਜ਼ਮ ਹੋਇਆ, ਸਰਕਾਰ ਨੇ ਕੀ ਕਿਹਾ ਕਿ ਇਹ ਟਵੀਟ ਹਟਾ ਦਿਓ ਕਿਉਂਕਿ ਇਹ ਗੁੰਮਰਾਹਕੁਨ ਪ੍ਰਚਾਰ ਆ, ਸਰਕਾਰ ਦੀ ਛਵੀ ਨੂੰ ਜਾਣ ਕੇ ਬਦਨਾਮ ਕਰਨ ਦਾ ਕੌਮਾਂਤਰੀ ਪੱਧਰ ਤੇ ਇੱਕ ਸਾਜਿਸ਼ ਦਾ ਹਿੱਸਾ ਹੈ। ਤਾਂ ਕ੍ਰਿਟਿਸਿਜ਼ਮ ਨੂੰ ਜੋੜ ਦਿੱਤਾ ਗਿਆ ਸਰਕਾਰ ਦੀ ਛਵੀ ਦੇ ਨਾਲ ਕਿ ਇੰਟਰਨੈਸ਼ਨਲ ਪੱਧਰ ਤੇ ਇੰਡੀਆ ਦਾ ਨਾਮ ਖਰਾਬ ਕਰਨ ਨੂੰ। ਤਾਂ ਆਹ ਫਰਕ ਪੈ ਜਾਂਦਾ ਆਨਲਾਈਨ ਮੀਡੀਆ ਤੇ ਜਦੋਂ ਇਸ ਤਰ੍ਹਾਂ ਦੀਆਂ
ਰੂਲ ਐਂਡ ਰੈਗੂਲੇਸ਼ਨਸ ਵਾਲੀਆਂ ਗੱਲਾਂ ਲਾਗੂ ਹੋਣਗੀਆਂ। ਜੀ ਜੀ ਬਹੁਤ ਬਹੁਤ ਸ਼ੁਕਰੀਆ ਮਿੰਟੂ ਜੀ, ਥੈਂਕ ਯੂ ਵੈਰੀ ਮੱਚ, ਬਹੁਤ ਜਾਣਕਾਰੀ ਭਰਪੂਰ ਗੱਲਬਾਤ ਰਹੀ, ਥੈਂਕ ਯੂ ਵੈਰੀ ਮੱਚ, ਸਤਿ ਸ੍ਰੀ ਅਕਾਲ। ਤੁਸੀਂ ਸੁਣ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ, CNN ਟੋਰਾਂਟੋ।